ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਹਿੰਦੂ ਪਰਿਵਾਰਾਂ ਵੱਲੋਂ ਗਰੁੜ ਦਾ ਪਾਠ ਰਖਵਾਇਆ ਗਿਆ, ਲੇਕਿਨ ਸਤਿਕਾਰ ਕਮੇਟੀ ਨੇ ਮੌਕੇ 'ਤੇ ਪਹੁੰਚ ਕੇ ਗਰੁੜ ਦਾ ਪਾਠ ਰਖਵਾਇਆ ਕਿਉਂਕਿ ਗੁਰਦੁਆਰਾ ਸਾਹਿਬ 'ਚ ਗਰੁੜ ਦਾ ਪਾਠ ਕਰਨਾ ਵਰਜਿਤ ਹੈ ਅਤੇ ਮੌਕੇ 'ਤੇ ਪੁੱਜੇ ਸਤਿਕਾਰ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਗਲਤ ਹੈ, ਅਜਿਹਾ ਪਹਿਲਾਂ ਵੀ ਕਰਵਾਇਆ ਜਾਂਦਾ ਸੀ ਲੇਕਿਨ ਇਸ ਵਾਰ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਰੁਕਵਾ ਦਿੱਤਾ। ਉਹਨਾਂ ਹੋਰ ਕਿਹਾ ਕਿ ਗੁਰਦੁਆਰਾ ਦੇ ਗ੍ਰੰਥੀਆਂ ਨੇ ਮਾਫ਼ੀ ਮੰਗ ਲਈ ਹੈ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਅਤੇ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਅੱਜ ਗੁਰੂ ਨਾਨਕਪੁਰੇ ਮਹੱਲੇ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਵਿਖੇ ਅਸੀਂ ਸਾਰੇ ਸਿੰਘ ਇੱਥੇ ਪਹੁੰਚੇ ਹਾਂ। ਜਦੋਂ ਪਹੁੰਚੇ ਆਣ ਕੇ ਵੇਖਿਆ ਇਸੇ ਕਿਸੇ ਪਰਿਵਾਰ ਦਾ ਜੋ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਸਨ ਉਹਨਾਂ ਦੇ ਮਾਤਾ ਜੀ ਦਾ ਜੋ ਗਰੜ ਦਾ ਪਾਠ ਉਹਨਾਂ ਨੇ ਗੁਰੂ ਘਰ ਵਿੱਚ ਕਰਾਇਆ ਸੀ, ਗੁਰੂ ਘਰ ਵਿੱਚ ਗਰੜ ਦਾ ਪਾਠ ਕਰਾਇਆ ਸੀ। ਇਹ ਜੋ ਮਨਮਤ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਕਰਾਉਣਾ, ਜਦੋਂ ਅਸੀਂ ਆਣ ਕੇ ਇੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਗ੍ਰੰਥੀ ਸਿੰਘਾਂ ਨੂੰ ਮਿਲੇ ਹਾਂ, ਇਹਨਾਂ ਨੇ ਕਿ ਮਾਫ਼ੀ ਮੰਗੀ ਹੈ ਕਿ ਗਾਂ ਇਹੋ ਜਿਹਾ ਕੰਮ ਗੁਰੂ ਘਰ ਵਿੱਚ ਨਹੀਂ ਹੋਊਗਾ। ਇਹ ਲੰਮੇ ਸਮੇਂ ਤੋਂ ਇੱਦਾਂ ਹੀ ਗੁਰੂ ਘਰ ਵਿੱਚ ਕਰਦੇ ਆ ਰਹੇ ਸਨ ਕਿਉਂਕਿ ਇਹ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਹੈ ਅਤੇ ਇੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਸਨ ਅਤੇ ਲੋਕ ਸੰਦੇਸ਼ ਨੂੰ ਮੰਨਦੇ ਸਨ, ਪਰ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਇੱਕ ਟਿੱਚ ਸਮਝਿਆ ਕਿ ਗੁਰਮਤ ਦੀਆਂ ਧੱਜੀਆਂ ਡਾਉਣੀਆਂ ਇਹ ਬੜੀ ਵੱਡੀ ਮਨਮਤ ਸੀ ਜਿਹੜੀ ਅੱਜ ਇਹ ਗੁਰਦੁਆਰਾ ਸਾਹਿਬ ਵਿੱਚ ਹੋਈ। ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਆ ਜਾਂ ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਮੰਨ ਲਿਆ ਕਿ ਸਾਡੇ ਕੋਲ ਗਲਤੀ ਹੋ ਗਈ ਆ, ਗਾਂ ਇੱਥੇ ਗਰੜ ਦਾ ਪਾਠ ਮਨਮਤ ਵਾਲਾ ਕੋਈ ਵੀ ਕੰਮ ਨਹੀਂ ਹੋਵੇਗਾ। ਕਿਸ ਤਰ੍ਹਾਂ ਸੂਚਨਾ ਮਿਲੀ ਤੁਹਾਨੂੂੰ? ਇਹ ਸੂਚਨਾ ਇੱਦਾਂ ਹੋਈ ਕਿ ਜਦੋਂ ਸਾਨੂੰ ਫੋਨ ਦੇ ਉੱਤੇ ਕਿਸੇ ਨੇ ਭਾਈ ਭੁਪਿੰਦਰ ਸਿੰਘ ਜੀ 6 ਜੂਨ ਇਹਨਾਂ ਨਾਲ ਕਿਸੇ ਨੇ ਸੰਪਰਕ ਕੀਤਾ ਹੋਵੇਗਾ ਭਾਈ ਭੁਪਿੰਦਰ ਸਿੰਘ ਹੋਣਾਂ ਨੇ ਸਾਡੇ ਨਾਲ, ਅਸੀਂ ਫਿਰ ਤੁਰੰਤ ਇੱਥੇ ਪਹੁੰਚੇ ਹਾਂ, ਨਾਲ ਪ੍ਰਸ਼ਾਸਨ ਵੀ ਪਹੁੰਚਿਆ ਵਾ, ਪਰ ਐਰਕੀ ਇਹਨਾਂ ਨੂੰ ਅਸੀਂ ਮੌਕਾ ਦੇ ਦਿੱਤਾ ਵਾ ਜੇਕਰ ਗਾਂ ਇੱਥੇ ਕੋਈ ਮਨਮਤ ਵਾਲਾ ਕੰਮ ਕੀਤਾ ਇਹ ਪ੍ਰਬੰਧਕ ਕਮੇਟੀ ਦੇ ਗ੍ਰੰਥੀ ਉੱਪਰ ਕਾਨੂੰਨੀ ਕਾਰਵਾਈ ਕਰਾਵਾਂਗੇ। ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਕਿ ਜਾਂ ਪਹਿਲਾ ਮਾਮਲਾ ਹੈ? ਨਹੀਂ, ਇੱਕ ਮਾਮਲਾ ਨਹੀਂ, ਮਾਮਲੇ ਤਾਂ ਬਹੁਤ ਨੇ। ਹੁਣੇ ਅਸੀਂ ਆ ਰਹੇ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਭੌੜੀ ਸਾਹਿਬ, ਇਹ ਭੌੜੀ ਚੌਂਕ ਬਾਬਾ ਭੌੜੀ ਚੌਂਕ ਪੈਂਦਾ ਵਾ, ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਧੰਨ ਗੁਰੂ ਗ੍ਰੰਥ ਸਾਹਿਬ ਇੱਕ ਰੈਕ ਵਿੱਚ ਰੱਖਿਆ ਹੋਇਆ ਸੀ, ਹੈ ਪੁਰਾਤਨ ਸਨ ਅਤੇ ਗ੍ਰੰਥੀ ਸਿੰਘ ਜਿਹੜੇ ਸਨ ਉਹ ਸਤਨਾਮ ਸਿੰਘ ਜੀ, ਜਿਹੜੇ ਜਿਨ੍ਹਾਂ ਦੇ ਕੋਲ ਪਤਾ ਲੱਗਾ ਕਿ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਉੱਪਰਲੀ ਜਗ੍ਹਾ 'ਤੇ ਲਿਜਾਣਾ ਜਿਹੜਾ ਉਹ ਯੋਗ ਨਹੀਂ ਸੀ, ਮਰਜ਼ਾਦਾ 'ਚ ਨਹੀਂ ਸਨ, ਬਜ਼ੁਰਗ ਹੋ ਚੁੱਕੇ ਸਨ, ਤਾਂ ਕਰਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੈਕਾਂ ਦੇ ਵਿੱਚ ਰੱਖੇ ਹੋਏ ਸਨ, ਉਹ ਵੀ ਅਸੀਂ ਅੱਜ ਮਰਜ਼ਾਦਾ ਪੂਰੀ ਕੀਤੀ ਆ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੂੰ ਦੋਵਾਂ ਤਖਤਾਂ ਦੀ ਸੇਵਾ ਲਈ ਆ ਪਰ ਸੇਵਾ ਤਨਦੇਹੀ ਦੇ ਨਾਲ ਨਿਭਾ, ਕਿਉਂਕਿ ਨਾ ਤੁਸੀਂ ਕਿਸੇ ਵੀ ਜਥੇਬੰਦੀ ਨੂੰ ਮਿਲਦਾ ਵਾ ਅਤੇ ਨਾ ਹੀ ਅਜੇ ਤੱਕ ਸਾਡੇ ਨਾਲ ਉਹਨੇ ਬਹਿ ਕੇ ਕੋਈ ਮੀਟਿੰਗ ਨਹੀਂ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਥਾਂ ਥਾਂ 'ਤੇ ਨਿਰਾਦਰ ਹੋ ਰਿਹਾ ਵਾ। ਅਸੀਂ ਉਹਨੂੰ ਇਹ ਬੇਨਤੀ ਕਰਦੇ ਹਾਂ ਕਿ ਜੇਕਰ ਤੂੰ ਸ੍ਰੀ ਦੋਵਾਂ ਅਕਾਲ ਤਖਤ ਸਾਹਿਬਾਂ ਦੀ ਦੋਵਾਂ ਤਖਤਾਂ ਦੀ ਆਪ ਜ਼ਿੰਮੇਵਾਰੀ ਲੈ ਕੇ ਬੈਠਾ ਵਾਂ ਅਤੇ ਪਬਲਿਕ ਤੈਨੂੰ ਮਿਲਣ ਵਾਸਤੇ ਜਥੇਬੰਦੀਆਂ ਮਿਲਣ ਵਾਸਤੇ ਡਿੱਗਦੀਆਂ ਨੇ, ਉਹ ਅਜੇ ਤੱਕ ਸਾਡੇ ਨਾਲ ਫੋਨ 'ਤੇ ਅਜੇ ਤੱਕ ਨਹੀਂ ਉਹਨੇ ਜਥੇਬੰਦੀ ਨਾਲ ਗੱਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਥਾਂ ਥਾਂ 'ਤੇ ਨਿਰਾਦਰ ਹੋ ਰਿਹਾ। ਬਿਲਕੁਲ ਸ੍ਰੀ ਅਕਾਲ ਤਖਤ ਦੇ ਨਜ਼ਦੀਕ ਇੱਕ ਪ੍ਰਾਈਵੇਟ ਪ੍ਰੈਸ ਵਾ ਜਿਹੜੀ ਸ੍ਰੀ ਅਕਾਲ ਤਖਤ ਤੋਂ ਸੰਦੇਸ਼ ਵੀ ਜਾਰੀ ਹੋ ਚੁੱਕਾ ਵਾ ਕਿ ਕੋਈ ਵੀ ਪ੍ਰਾਈਵੇਟ ਪ੍ਰੈਸ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਂ
ਕੋਈ ਵੀ ਕਿਸੇ ਧਰਮ ਪੋਥੀ ਆ ਉਹ ਕੋਈ ਵੀ ਨਹੀਂ ਛਾਪ ਸਕਦੇ। ਉਹ ਜਿਉਂ ਦੀ ਤਿਉਂ ਅੱਜ ਜੀਵਨ ਸਿੰਘ ਚਤਰ ਸਿੰਘ ਸ੍ਰੀ ਅਕਾਲ ਤਖਤ ਦੇ ਨਜ਼ਦੀਕ ਉਹ ਆਪਣੀ ਛਪਾਈ ਜਾਰੀ ਕਰ ਰਿਹਾ ਵਾ ਅਤੇ ਸ੍ਰੀ ਅਕਾਲ ਤਖਤ ਜਥੇਦਾਰ ਦਾ ਉਹਨਾਂ ਵੱਲ ਅਤੇ ਸ਼੍ਰੋਮਣੀ ਕਮੇਟੀ ਦਾ ਬਿਲਕੁਲ ਧਿਆਨ ਨਹੀਂ ਹੈ। ਹਾਂ ਹਾਂ ਸ਼ਿਕਾਇਤ ਕਰਾਂਗੇ ਜੀ ਗੁਰਦੁਆਰਾ ਸਾਹਿਬ ਦੀ, ਸ੍ਰੀ ਅਕਾਲ ਤਖਤ ਸਾਹਿਬ ਕਰਾਂਗੇ ਵੀ ਇਹਨਾਂ ਕਾਰਵਾਈ ਕਰਦੇ ਕਿ ਨਹੀਂ ਕਰਦੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਬਣਦੀ ਕਰਾਂਗੇ ਕਾਰਵਾਈ, ਇਹਨਾਂ ਦੇ ਉੱਪਰ ਜਿਹੜੀ ਸ੍ਰੀ ਅਕਾਲ ਤਖਤ ਭੇਜਾਂਗੇ ਐਪਲੀਕੇਸ਼ਨ। ਠੀਕ ਹੈ ਜੀ। ਗੁਰਦੁਆਰੇ ਦਾ ਨਾਮ ਕੀ ਹੈ ਜਿੱਥੇ ਤੁਸੀਂ? ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਪੁਰਾ ਜੀ। ਕੀ ਗੱਲ ਹੋਈ ਗੱਲ ਹੈ? ਦੇਖੋ ਜੀ, ਇਹ ਤਾਂ ਸ਼ੁਰੂ ਤੋਂ ਜੋ ਵੀ ਇਹ ਸਾਂਝਾ ਸਾਰਿਆਂ ਦਾ ਗੁਰਦੁਆਰਾ ਸਾਹਿਬ ਹੈ, ਜੋ ਵੀ ਇੱਥੇ ਮਤਲਬ ਕਿ ਸਤਿਕਾਰ ਕਮੇਟੀ ਵਾਲੇ ਆਏ ਨੇ, ਚਲੋ ਜੇ ਸਾਡੀ ਮਾਂ ਭਾਵ ਗਲਤੀ ਨੂੰ ਮੰਨ ਵੀ ਲਿਆ ਵੀ ਇੱਥੇ ਅੱਜ ਤੋਂ ਬਾਅਦ ਜੋ ਵੀ ਹੈ ਗੁਰੂ ਮਰਿਆਦਾ ਅਨੁਸਾਰ ਜੋ ਵੀ ਕਾਰਜ ਹੋਣਗੇ, ਜੇ ਸਾਡੇ ਕੋਈ ਪਹਿਲਾਂ ਕੁਤਾਹੀ ਹੋ ਗਈ ਹੈ ਉਹਦੀ ਆਪਾਂ ਮਾਫ਼ੀ ਮੰਗਦੇ ਹਾਂ। ਗਾਂ ਤੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਹੋਏਗਾ ਨਹੀਂ, ਜੋ ਵੀ ਸਤਿਕਾਰ ਕਮੇਟੀ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਉਹਨੂੰ ਆਪਾਂ ਅੱਗੇ ਤੋਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ। ਇਹ ਕਹਿੰਦੇ ਬੜੇ ਚਿਰ ਤੋਂ ਚੱਲਦਾ ਆ ਰਿਹਾ ਸੀ, ਚੱਲਦਾ ਆ ਰਿਹਾ ਸੀ, ਪਰ ਸਾਨੂੰ ਕਿਸੇ ਨੇ ਮਤਲਬ ਕਿ ਇਹ ਗਾਈਡ ਨਹੀਂ ਕੀਤਾ, ਕਿਸੇ ਨੇ ਚਲੋ ਆਪਾਂ ਆਪਣੀ ਗਲਤੀ ਮੰਨਦੇ ਹਾਂ, ਹੁਣ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਵਾ ਆਪਾਂ ਉਹਨੂੰ ਸਿਰ ਮੱਥੇ ਪ੍ਰਵਾਨ ਕਰਦੇ। ਇੱਥੇ ਕਿੰਨੀ ਦੇਰ ਤੋਂ ਡਿਊਟੀ? ਸਾਨੂੰ ਇੱਥੇ ਮੈਨੂੰ 5 ਸਾਲ ਹੋ ਗਏ ਜੀ ਸੇਵਾ ਮਿਲੀ ਨੂੰ। ਸੰਗਤ ਨੇ ਮੈਨੂੰ ਖੁਦ ਹੀ ਚੁਣਿਆ ਸੀ ਅਤੇ ਉਹਨਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਬਹੁਤ ਵਧੀਆ ਚੱਲਦਾ ਪਿਆ। ਬੱਚਿਆਂ ਨੂੰ ਸੰਥਿਆ ਵੀ ਦਿੱਤੀ ਜਾਂਦੀ ਹੈ, ਗਤਕਾ ਵੀ ਸਿਖਲਾਈ ਦਿੱਤੀ ਜਾਂਦੀ ਹੈ, ਸਾਰਾ ਗੁਰੂ ਮਰਿਆਦਾ ਅਨੁਸਾਰ ਹੋ ਰਿਹਾ। ਬਸ ਇਹੀ ਇੱਕ ਸੀ ਉਹ ਸਾਨੂੰ ਪਤਾ ਨਹੀਂ ਹਾਂਜੀ ਬੋਰਡ ਲਾਏ ਨਹੀਂ ਕਿ ਇੱਦਾਂ ਪਤਾ ਨਹੀਂ ਸੀ, ਹੁਣ ਚਲੋ ਪਤਾ ਲੱਗ ਗਿਆ, ਆਪਾਂ ਵੀ ਅਧਾਤ ਵਿੱਚ ਐਡ ਕਰ ਦਾਂਗੇ। ਕਿਹੜੀ ਜਿਹੇ ਬੰਦੀ ਤੁਹਾਡੇ ਕੋਲ ਆਈ ਹੈ? ਇਹ ਸਤਿਕਾਰ ਕਮੇਟੀ ਆਏ ਸੀ ਜੀ, ਬਲਵੀਰ ਸਿੰਘ ਨੰਗੇ ਸਿਰ ਜਾਂਦੇ ਜੋੜੇ ਲੈ ਕੇ ਜਾਂਦੇ, ਉਹਦੇ ਬਾਰੇ ਕੀ ਕਹਿੰਦੇ? ਆਪਾਂ ਇਹ ਸੰਗਤ ਨੂੰ ਬੇਨਤੀ ਕੀਤੀ ਸੀ, ਕਈ ਆ ਕੇ ਕਹਿੰਦੇ ਵੀ ਆਪਾਂ ਮੈਂ ਤਾਂ ਜਦੋਂ ਹੁਣ ਨਵੀਂ ਸੇਵਾ ਹੋ ਲੱਗੀ ਆ, ਮੈਂ ਤਾਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਹੈ ਵੀ ਹੁਣ ਗਾਂ ਤੋਂ ਵੀ ਜੋ ਵੀ ਆ ਟੇਬਲ ਵਗੈਰਾ ਕੁਰਸੀਆਂ ਤੋਂ ਆਪਾਂ ਹਟ ਕੇ ਇੱਕ ਮਤਲਬ ਕਿ ਮਿਡਲ ਕਲਾਸ ਦਾ ਬੰਦਾ ਜਿਹੜਾ ਉਹ ਆਪਣੇ ਹਾਈ ਲੈਵਲ ਦੇ ਬੰਦੇ ਨੂੰ ਦੇਖਦਾ ਅਤੇ ਉਹਦੇ ਮਨ ਵਿੱਚ ਵੀ ਥੋੜ੍ਹੀ ਇਸ ਤਰ੍ਹਾਂ ਆ ਜਾਂਦੀ ਹੈ ਵੀ ਮੈਂ ਵੀ ਵਧੀਆ ਕਰਾਂ। ਠੀਕ ਹੈ ਜੀ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਾਲੀ ਸ਼ਰਮਾ ਦੀ ਰਿਪੋਰਟ।